ਸਤਿ ਸ਼੍ਰੀ ਅਕਾਲ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਹੁਣੇ ਸੋਸ਼ਲ ਮੀਡੀਆ ਤੇ ਇੱਕ ਸਾਡੇ ਹਿੰਦੂਆਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਸੁਧੀਰ ਸੂਰੀ, ਜੋ ਕਿ ਮੈਂ ਸਮਝਦਾ ਹਾਂ ਕਿ ਸਾਡੇ ਪੰਜਾਬ ਚ ਇੱਕ ਬਹੁਤ ਵੱਡਾ ਕੋਰੋਨਾ ਤੋਂ ਵੀ ਭਿਆਨਕ ਵਾਇਰਸ ਹੈ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲਿਆ ਹੋਇਆ। ਇਸ ਬੰਦੇ ਨਾਲ ਜੋ ਇਸ ਬੰਦੇ ਨੂੰ ਸਿਕਿਉਰਿਟੀ ਮਿਲੀ ਹੋਈ ਹੈ, ਜਿਹਦਾ 20 ਲੱਖ ਰੁਪਇਆ ਮੰਥਲੀ ਖਰਚਾ ਜੋ ਪੰਜਾਬ ਸਰਕਾਰ ਭਰ ਰਹੀ ਹੈ, ਉਹ ਸਾਡੇ ਵਰਗੇ ਲੋਕਾਂ ਦੇ ਉੱਤੇ ਪਿਆ ਹੋਇਆ। ਇਹ NRI ਵੀਰਾਂ ਬਾਰੇ ਬੋਲਿਆ, ਉਹਨਾਂ ਦੇ ਬੱਚਿਆਂ ਬਾਰੇ, ਉਹਨਾਂ ਦੇ ਘਰਦਿਆਂ ਬਾਰੇ ਬੋਲਿਆ ਵੀ ਉਹਨਾਂ ਦੇ ਘਰਦਿਆਂ ਦੇ ਬਈਆਂ ਨਾਲ ਤਾਲੁਕਾਤ ਨੇ, ਇਹ ਉੱਥੇ ਬਾਹਰ ਡਾਲਰ ਕਮਾ ਰਹੇ ਨੇ, ਇਹ ਸਿੱਖ ਐ ਕਰ ਰਹੇ ਨੇ, ਸਿੱਖ ਉਹ ਕਰ ਰਹੇ ਨੇ, ਕਦੇ ਭਿੰਡਰਾਂ ਵਾਲੇ ਬਾਰੇ ਬੋਲਦਾ, ਕਦੇ ਹੋਰ ਬੋਲਦਾ। ਬੜੇ ਹੀ NRI ਵੀਰਾਂ ਦੇ ਬਾਹਰੋਂ, ਮਤਲਬ ਸੋਸ਼ਲ ਮੀਡੀਆ ਤੇ ਜਿਹੜੇ ਮੈਂ ਕਮੈਂਟ ਪੜ੍ਹੇ ਨੇ, ਬੜੇ ਹੀ ਤਲਖਬਾਜ਼ੀ ਚ ਉਹ ਬੋਲਿਆ ਜਾ ਰਿਹਾ। ਮੈਂ ਮੰਗ ਕਰਦਾ ਪੂਰਜੋਰ ਸਰਕਾਰ ਦੇ ਉੱਤੋਂ, ਜਿਹੜਾ ਇਹ ਹਰਾਮ ਜ਼ਿਆਦਾ ਧਰਮ ਦਾ ਠੇਕੇਦਾਰ ਬਣੀ ਫਿਰਦਾ ਸੁਧੀਰ ਸੂਰੀ ਹਿੰਦੂ ਧਰਮ ਦਾ, ਇਹਦੇ ਕੋਲ ਕੀ ਅਧਿਕਾਰ ਹੈ ਲੋਕਾਂ ਦੀਆਂ? ਦੇਖੋ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਪੰਜਾਬ ਦੇ ਲੋਕ ਕਾਰੋਬਾਰੀ ਲੋਕ ਨੇ, ਰੱਜੇ ਬੁੱਝੇ ਲੋਕ ਨੇ, ਆਪਣਾ ਕਾਰੋਬਾਰ ਕਰ ਰਹੇ ਨੇ, ਆਪਣੇ ਬੱਚੇ ਪਾਲ ਰਹੇ ਨੇ। ਤੁਸੀਂ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਹੋ? ਕਿਉਂ ਤੁਸੀਂ ਆਪਣੀ ਸਿਕਿਉਰਿਟੀ ਨੂੰ ਬਚਾਉਣ ਦੇ ਲਈ, ਆਪਣੀ ਸਿਕਿਉਰਿਟੀ ਦੇ ਨਾਲ ਜਿਹੜੇ ਤੁਸੀਂ ਗੈਰ ਕਾਨੂੰਨੀ ਧੰਦੇ ਕਰਦੇ ਹੋ, ਉਹਦੇ ਲਈ ਤੁਸੀਂ ਆਪਣੀ ਸਿਕਿਉਰਿਟੀ ਦੇ ਲਈ ਇੰਨੇ ਇੰਨੇ ਗੰਦੇ ਜਿਹੜੇ ਭੱਦੇ ਬਿਆਨ ਜੋ ਤੁਸੀਂ ਦੇ ਦਿੰਦੇ ਹੋ, ਉਹਦੇ ਨਾਲ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ ਨੂੰ ਠੇਸ ਪਹੁੰਚਦੀ ਹੈ, ਪੰਜਾਬ ਦੇ ਲੋਕਾਂ ਨੂੰ ਠੇਸ ਪਹੁੰਚਦੀ ਹੈ। ਮੈਂ ਇਹਨੂੰ ਇੱਕ ਬਹੁਤ ਹੀ ਸ਼ਾਤਿਰ ਤੇ ਕ੍ਰਿਮੀਨਲ ਤੇ ਬਹੁਤ ਹੀ ਮਾੜਾ ਵਾਇਰਸ ਜੋ ਪੰਜਾਬ ਦੇ ਵਿੱਚ ਆਇਆ ਹੋਇਆ, ਇਹਨੂੰ ਨੱਥ ਪਾਉਣ ਦੀ ਮੰਗ ਕਰਦਾ, ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਜਿਹੜੀ ਸਿਕਿਉਰਿਟੀ ਹੈ ਵਾਪਸ ਲਈ ਜਾਵੇ, ਇਹਦਾ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ, ਤਾਂ ਜੋ ਇਹਦੇ ਮਾੜੇ ਅਨਸਰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ। ਹਿੰਦੂ ਸਿੱਖ ਹਰ ਕੋਈ, ਅੱਜ ਕੱਲ ਹਰ ਕੋਈ, ਸਭ ਭਰਾ ਨੇ ਆਪਸ ਦੇ ਵਿੱਚ ਰਲ ਕੇ ਆਪਦੇ ਕਾਰੋਬਾਰ ਕਰ ਰਹੇ ਨੇ। ਦੇਖੋ, ਪੰਜਾਬ ਦੇ ਵਿੱਚ ਕੀ, ਦੇਸ਼ ਦੇ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਜਿੰਨਾ ਵੀ ਰਿਲੀਫ ਫੰਡ ਆਉਂਦਾ ਹੈ, ਇਹ ਸਾਰਾ NRI ਵੀਰ ਭੇਜਦੇ ਨੇ। ਠੀਕ ਹੈ, ਤੁਸੀਂ ਉਹਨਾਂ ਦੇ ਬੱਚਿਆਂ ਬਾਰੇ ਗਲਤ ਬੋਲ ਰਹੇ ਹੋ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਹ ਬਾਹਰ ਅੰਗਰੇਜ਼ਾਂ ਦੇ ਤਲਵੇ ਚੜਦੇ ਨੇ, ਅੰਗਰੇਜ਼ਾਂ ਦੇ ਉਹ ਕਰਦੇ ਨੇ। ਬੜੇ ਹੀ ਪੰਜਾਬੀ ਹਿੰਦੂ ਵੀ ਤੇ ਸਾਡੇ ਸਿੱਖ ਵੀ, ਬੜੇ ਹੀ ਪੰਜਾਬੀਆਂ ਨੇ ਬਾਹਰ ਜਾ ਕੇ ਝੰਡੇ ਗੱਡੇ ਹੋਏ ਨੇ, ਕਾਰੋਬਾਰ ਚਲਾ ਰਹੇ ਨੇ, ਟਰਾਲੇ ਚਲਾ ਰਹੇ ਨੇ, ਹੋਟਲ ਚਲਾ ਰਹੇ ਨੇ। ਤੂੰ ਕੀ ਹੈ ਸੁਧੀਰ ਸੂਰੀ, ਤੂੰ ਹੈ ਕੀ? ਇੱਕ ਧਰਮ ਦਾ ਠੇਕੇਦਾਰ ਬਣੀ ਫਿਰਦਾ ਨਜਾਇਜ਼, Z+ ਸਿਕਿਉਰਿਟੀ ਜਿਹੜੀ ਤੂੰ ਚੱਕੀ ਫਿਰਦਾ, ਉਹਦੀ ਆੜ ਚ ਜਿਹੜੇ ਤੂੰ ਗੰਦੇ ਬਿਆਨ ਦਿੰਦਾ, ਬਾਜ਼ ਆ ਜਾ ਆਪਣੀਆਂ ਹਰਕਤਾਂ ਤੋਂ। ਤੂੰ ਇੱਕ ਵਾਰ ਆਪਣੀ ਸਿਕਿਉਰਿਟੀ ਸਾਈਡ ਤੇ ਰੱਖ ਤੇ ਕਦੇ ਮੇਰੇ ਸਾਹਮਣੇ ਆ, ਤੇਰੀਆਂ ਲੱਤਾਂ ਨਾਲ ਕੀਰਤਨ ਕਰਨ ਲੱਗ ਜਾਣ, ਤਾਂ ਮੈਂ ਤੈਨੂੰ ਦੇਖਾਂ ਵੱਡੇ ਧਰਮ ਦੇ ਠੇਕੇਦਾਰ ਬਣੇ ਹੋਏ ਨੂੰ। ਇਹ ਸਾਰਾ ਕੁਛ ਬੰਦ ਕਰ, ਆਪਣੀਆਂ ਹਰਕਤਾਂ ਤੋਂ ਬਾਜ਼ ਆ। ਅਸੀਂ, ਮੈਂ ਹਿੰਦੂ ਹੋ ਕੇ, ਮੈਂ ਇੱਕ ਹਿੰਦੂ ਹੋ ਕੇ ਇਹਨਾਂ ਸਾਰੇ ਭਰਾਵਾਂ ਦਾ ਨਾਲ ਖੜਾ, ਅਸੀਂ ਸਾਰੇ ਇਕੱਠੇ ਆ। ਤੂੰ ਗੰਦਾ ਬੰਦਾ ਤੇ ਤੂੰ ਹਮੇਸ਼ਾ ਪੰਜਾਬ ਦਾ ਮਾਹੌਲ ਖਰਾਬ ਕੀਤਾ, ਤੂੰ ਮਾੜਾ ਅਨਸਰ ਹੈ। ਮੈਂ ਹਿੰਦੂ ਹੋ ਕੇ ਪੰਜਾਬ ਸਰਕਾਰ ਤੋਂ ਪੂਰਜ਼ੋਰ ਮੰਗ ਕਰਦਾ, ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਾ, ਪੰਜਾਬ ਦੇ DGP ਦਿਨਕਰ ਗੁਪਤਾ ਤੋਂ ਮੰਗ ਕਰਦਾ ਕਿ ਇਹੋ ਜਿਹੇ ਮਾੜੇ ਅਨਸਰ ਦੀ ਜਿਹੜੀ ਸਿਕਿਉਰਿਟੀ ਹੈ ਵਾਪਸ ਲਈ ਜਾਵੇ ਤੇ ਇਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਤਾਂ ਜੋ ਇਹੋ ਜਿਹਾ ਕੋਈ ਵੀ ਮਾੜਾ ਅਨਸਰ ਸਾਡੇ ਹਿੰਦੂ ਭਰਾਵਾਂ ਦੀ ਜਾਂ ਸਾਡੇ ਸਿੱਖ ਭਰਾਵਾਂ ਦੀ ਜਾਂ ਪੰਜਾਬ ਵਾਸੀਆਂ ਦੀ ਕਿਸੇ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ ਤੇ ਨਾ ਹੀ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਸਕੇ। ਮੈਂ ਸਾਰੇ ਹੀ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੇ ਗੰਦੇ ਬੰਦਿਆਂ ਦੇ ਉੱਤੇ ਬਾਹਲਾ ਤੁਹਾਨੂੰ ਗੁੱਸਾ ਕਰਨ ਦੀ ਲੋੜ ਨਹੀਂ ਹੈ। ਇਹ ਹਿੰਦੂ ਸਮਾਜ ਚੋਂ ਕੱਟੇ ਹੋਏ ਲੋਕ ਨੇ, ਸ਼ਿਵ ਸੈਨਾ ਨੂੰ ਬਦਨਾਮ ਕਰਦੇ ਨੇ ਇਹ ਲੋਕ, ਹਰ ਚੀਜ਼ ਨੂੰ ਇਹ ਲੋਕ ਬਦਨਾਮ ਕਰਨ ਤੇ ਤੁਲੇ ਹੋਏ ਨੇ। ਇਹਨਾਂ ਲੋਕਾਂ ਦਾ ਕੋਈ ਆਧਾਰ ਨਹੀਂ ਹੈ, ਇਹਨਾਂ ਲੋਕਾਂ ਦਾ ਕੋਈ ਮਤਲਬ ਨਹੀਂ ਹੈ ਸਮਾਜ, ਇਹਨਾਂ ਲੋਕਾਂ ਨੂੰ ਨਾ ਕੋਈ ਮੂੰਹ ਲਾਉਂਦਾ, ਨਾ ਕੋਈ ਹਿੰਦੂ ਮੂੰਹ ਲਾਉਂਦਾ। ਤੁਸੀਂ ਜ਼ਿਆਦਾ ਤਲਖਬਾਜ਼ੀ ਦੇ ਵਿੱਚ ਨਾ ਹੀ ਆਪਦਾ ਖੂਨ ਫੁਕੋ, ਆਪਦਾ ਕਾਰੋਬਾਰ ਤੱਕ ਮਤਲਬ ਰੱਖੋ। ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਤਹਿ ਦਿਲੋਂ ਤੁਹਾਨੂੰ ਮੈਂ ਕਹਿ ਰਿਹਾ, ਇਹੋ ਜਿਹੇ ਮਾੜੇ ਅਨਸਰ ਨੂੰ ਮੂੰਹ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।